ਦਿਖਾਓ ਨਾ ਜਰਾ, ਸ਼ੇਅਰ ਤੇ ਕਰੋ ਨਾ, ਫਿਰ ਮੈਂ ਦੇਖਣਾ ਕਰਨ ਲਗਾ ਨਾ। ਹਾਂ ਕਰੋ ਜਰਾ ਸ਼ੇਅਰ। ਠੀਕ ਹੈ ਜੀ। ਹਾਂ ਬਾਬਾ ਆਵੇ। ਅੱਛਾ ਪੋਸ਼ ਬਾਬਾ ਆ ਗਿਆ, ਫਿਰ ਆ ਗਿਆ, ਫਿਰ ਆ ਗਿਆ ਪੋਸ਼ ਬਾਬਾ ਆ ਗਿਆ। ਦੋ ਅੱਠਾਂ ਦੇ, ਦੋ ਅੱਠ ਦੇ, ਟੂ ਸੂਟ 8 ਪਾਊਂਡ, 8 ਪਾਊਂਡ ਜੀ। ਬਾਬਾ ਪੋਸ਼ ਦੀ ਵਰਾਇਟੀ। ਅੱਛਾ ਦੋ ਸੂਟ 8 ਪਾਊਂਡ ਦੇ, ਦੋ ਸੂਟ 8 ਪਾਊਂਡ, ਹਾਏ ਹਾਏ। ਥ੍ਰੀ ਪੀਸ ਸੂਟ ਬਾਬਾ ਪੋਸ਼ ਦਾ ਮੈਂ ਹੁਣ ਲਾਣ ਲਗਾ ਨੇ। ਹਾਂ ਚਾੜੋ ਨਾ, ਚੰਨ ਚੰਨ ਚਾੜੋ, ਦੋ ਸੂਟ 8 ਪਾਊਂਡ ਦੇ। ਇਹ ਲੋ ਜੀ, ਇਹ ਦੋ ਸੂਟ 8 ਪਾਊਂਡ, ਇਹ ਲੋ। ਮੇਰੀ ਭੈਣੋ ਤੇ ਮੇਰੇ ਭਰਾਓ, ਜਲਦੀ ਜਲਦੀ ਆ ਜਾਓ, ਦੇਰ ਨਹੀਂ ਕਰਨੀ, ਪਹਿਲੇ ਆਓ ਪਹਿਲੇ ਪਾਓ। ਫੇਰ ਨੀ ਕਹਿਣਾ ਦੇਸੀ ਭਾਈ ਜੀ ਤੁਸੀਂ ਦੱਸਿਆ ਨੀ ਅਸੀਂ ਲੇਟ ਹੋ ਗਏ ਹਾਂ। 8 ਪਾਊਂਡ ਦਾ ਆਣ ਕੇ ਦੋ ਸੂਟ ਚੁੱਕ ਲਵਾਂ, 10-10 ਪਾਊਂਡ ਦੇ। ਲਓ ਜੀ ਦੋ ਸੂਟ 10 ਪਾਊਂਡ ਦੇ, ਇਹ ਆ ਗਏ ਜੇ, ਦਿਖਾਓ ਜੀ, ਸ਼ੇਅਰ ਕਰੋ ਜੀ। 10 ਸ਼ਰਾਰੇ ਤੇ ਗਰਾਰੇ, ਹਾਏ ਹਾਏ ਸ਼ਰਾਰਾ ਔਰ ਗਰਾਰਾ, ਗਰਾਰਾ ਇਹ ਕੋਲੂ ਜਰਾ, ਇਹ ਕੋਲੂ ਕਰਕੇ ਜੀ, ਇਹ ਦੋ 20ਆਂ ਦੇ ਆਏ ਦੂਰੋਂ। ਹਾਂ ਇਹ ਰਿਹਾ, ਇਹ ਰਿਹਾ ਤੁਹਾਡੇ ਆਣੇ ਤੋਂ 2 ਪਾਊਂਡ ਹੋਰ ਡਿਸਕਾਊਂਟ, ਦੋ ਸੂਟ 18 ਪਾਊਂਡ। ਲਓ ਜੀ ਦੋ ਸੂਟ 18 ਪਾਊਂਡ ਦੇ, ਉਹ ਪਹਿਲੇ ਸਰ, ਉਹ ਪਹਿਲੇ ਜਗਦਾ ਆਣਾ ਵੀ ਬੜੇ ਦੂਰੋਂ ਹੈ। ਹਾਂ ਤੇ ਦੀਦਾਰ ਵੀ ਤੁਹਾਨੂੰ ਮੈਂ ਕਰਾਣਾ ਵੇ, ਤੇ ਮੈਂ ਮੈਕਸੀ ਨੂੰ ਸੁੱਟਣ ਲਗਾ ਨੇ, 2-15 ਦੀ ਪ੍ਰਾਈਸ ਲਿਖੀ ਹੈ। ਅੱਛਾ ਹੁਣ ਫੇਰ ਕੀ ਚੰਨ ਚੜਨਾ ਜੀ, ਤੁਸੀਂ ਬੋਲੋ ਜੀ, ਬੋਲੋ ਜੀ, ਤੁਸੀਂ ਬੋਲੋ, ਮੈਂ ਦੂਰੋਂ ਆਇਆ। ਕਹਿਣਾ ਜੀ ਦੂਰੋਂ ਆਏ ਹੋ, 2 10 ਦੀਆਂ, ਦੋ ਮੈਕਸੀ 10 ਪਾਊਂਡ ਜੀ। ਲਓ ਜੀ ਦੋ ਮੈਕਸੀ 10 ਪਾਊਂਡ, ਲੋ ਜੀ ਲੋ, 5-5 ਪਾਊਂਡ ਦੀ ਮੈਕਸੀ ਨਾ ਮਿਲ ਜੇ, ਤੇ ਕਿਹੜੇ ਜਾਣੇ ਦੀ ਲੋੜ ਨੀ, ਸਿੱਧਾ ਐਚ ਏ ਫੈਸ਼ਨ ਰਾਸ਼ਡਲ। ਲੋ ਜੀ ਇਹ ਸ਼ਫੂਨ ਜੀ, ਲੋ ਜੀ ਸ਼ਫੂਨ ਜੀ ਜੀ, ਇਹ ਛੋਟੇ ਛੋਟੇ ਬੱਚੇ ਜੀ, ਪਿਆਰੇ ਪਿਆਰੇ, ਗੁੱਲੂ 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 ਗੇ, ਮਾਸ਼ਾਲਾ ਜੀ ਜੀ, 2-12 ਦੇ। ਲੋ ਜੀ ਲੋ ਜੀ 2-12 ਦੇ ਮਿਲਣ ਦੇ ਜਨਾਬ, ਇਹ ਬੱਚਿਆਂ ਦੇ ਖੂਬਸੂਰਤ ਸੂਟ ਜਨਾਬ, ਰਹੀਮ। ਅਸਲਾਮ ਵਾਲੇਕੁਮ, ਉਮੀਦ ਕਰਤਾ ਹੂੰ ਕਿ ਆਪ ਸਭ ਦੋਸਤ ਅੱਲਾਹ ਤਾਲਾ ਕੇ ਫਜ਼ਲ ਕਰਮ ਸੇ ਬਿਲਕੁਲ ਠੀਕ ਠਾਕ ਹੋਂਗੇ। ਮੇਰੀ ਦੁਆ ਹੈ ਅੱਲਾਹ ਤਾਲਾ ਸੇ, ਅੱਲਾਹ ਤਾਲਾ ਆਪ ਸਭ ਦੋਸਤੋ ਕੋ ਖੁਸ਼ ਖੁਰਮ ਸ਼ਾਦ ਬਾਦ ਰੱਖੇ ਔਰ ਲੰਬੀ ਜ਼ਿੰਦਗੀ ਸਿਹਤ ਵਾਲੀ ਅਤਾ ਫਰਮਾਏ। ਹਾਜ਼ਰ ਹੂੰ ਇੱਕ ਨਈ ਵੀਡੀਓ ਕੇ ਸਾਥ, ਪਹੁੰਚ ਚੁੱਕਾ ਹੂੰ ਐਚ ਏ ਫੈਸ਼ਨ ਰੋਚਡਿਲ ਇੱਕ ਦਫ਼ਾ ਫਿਰ ਦੁਬਾਰਾ। ਮਾਸ਼ਾਅੱਲਾ ਐਚ ਏ ਫੈਸ਼ਨ ਵਾਲੋਂ ਕੀ ਨਈ ਵਰਾਇਟੀ ਆ ਚੁੱਕੀ ਹੈ ਔਰ ਨਈ ਵਰਾਇਟੀ ਪੇ ਆਫਰਾਂ ਲਗੀ ਹੋਈ ਹੈ। ਉਹ ਸਭ ਆਫਰਾਂ ਸ਼ੇਅਰ ਕਰਨ ਕੇ ਲਈ ਮੈਂ ਪਹੁੰਚ ਗਿਆ ਹੂੰ ਐਚ ਏ ਫੈਸ਼ਨ ਰੋਚਡਿਲ ਔਰ ਆਪਕੇ ਸਾਥ ਸ਼ੇਅਰ ਕਰਤੇ ਹੈ ਆਜ ਕੀ ਵੀਡੀਓ। ਵੀਡੀਓ ਮੈਂ ਆਗੇ ਬਢਣ ਸੇ ਪਹਿਲੇ ਆਪਸੇ ਗੁਜ਼ਾਰਿਸ਼ ਕਰੂੰਗਾ, ਅਗਰ ਆਪ ਮੇਰੇ ਚੈਨਲ ਪੇ ਨਹੀਂ ਹੈ ਤੋ ਮੇਰੇ ਚੈਨਲ ਕੋ ਸਬਸਕ੍ਰਾਈਬ ਕਰ ਲੇ, ਬੈਲ ਬਟਨ ਕੋ ਪ੍ਰੈਸ ਕਰ ਲੇ, ਤਾਂ ਕਿ ਮੇਰੀ ਆਨੇ ਵਾਲੀ ਹਰ ਨਈ ਵੀਡੀਓ ਆਪ ਤੱਕ ਆਸਾਨੀ ਸੇ ਪਹੁੰਚ ਸਕੇ। ਚਲੇ ਜਲਦੀ ਸੇ ਕੈਮਰੇ ਕਾ ਰੁਖ ਚੇਂਜ ਕਰਤੇ ਹੈ, ਚਲਤੇ ਹੈ ਐਚ ਏ ਫੈਸ਼ਨ ਰਾਇਡਲ ਕੇ ਅੰਦਰ, ਫਿਰ ਆਪਕੋ ਦਿਖਾਤੇ ਹੈ ਨਈ ਵਰਾਇਟੀ ਔਰ ਜੋ ਆਫਰਾਂ ਲਗੀ ਹੈ ਵੋ ਸਭ ਆਫਰਾਂ ਆਪਕੇ ਸਾਥ ਸ਼ੇਅਰ ਕਰੇਂਗੇ। ਮੇਰੀ ਭੈਣੋ ਤੇ ਮੇਰੇ ਭਰਾਓ, ਹੋ ਜੋ ਚੌਕਸ ਤੇ ਕਰ ਲਓ ਵੀਡੀਓ ਤੇ ਫੋਕਸ, ਮੈਂ ਪਹੁੰਚ ਗਿਆ ਜੀ ਐਚ ਏ ਫੈਸ਼ਨ ਰਾਇਡਲ। ਲਓ ਜੀ ਤੁਹਾਡੇ ਨਾਲ ਸ਼ੇਅਰ ਕਰਨੇ ਆ ਫਿਰ ਅੱਜ, ਮਾਸ਼ਾਅੱਲਾ ਜਿਹੜੀਆਂ ਆਫਰਾਂ ਇਹਨਾਂ ਨੇ ਲਾਈਆਂ ਨੇ ਉਹ ਸਭ ਆਫਰਾਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ। ਚੱਲਣੇ ਅੰਦਰ ਫਿਰ ਤੁਹਾਨੂੰ ਦਿਖਾਉਂਦੇ ਹਾਂ ਮਾਸ਼ਾਅੱਲਾ ਸੋਹਣੇ ਸੋਹਣੇ ਸੂਟ ਅਤੇ ਸੋਹਣੇ ਸੋਹਣੀ ਆਫਰਾਂ ਜਨਾਬ, ਸੇਲ ਲੱਗੀ ਹੋਈ ਹੈ ਔਰ ਇਹ ਲਓ ਜੀ ਕੈਸ਼ ਔਨ ਲਈ ਦਿਖਾਤੇ ਹੈ ਆਪਕੋ ਜਨਾਬ, ਮਾਸ਼ਾਅੱਲਾ ਖੂਬਸੂਰਤ ਵਰਾਇਟੀ। ਸਲਾਮ ਅਲੈਕੁਮ ਜੀ, ਉਹ ਬੀਬ ਸਾਹਿਬ ਕੀ ਹਾਲ ਚਾਲ ਹੈ ਜਨਾਬ, ਠੀਕ ਠਾਕ ਹੋ? ਚੰਦ ਬਣੇ ਪਏ ਹੋ ਸਾਨੂੰ? ਉਹ ਸਰ ਜੀ ਤੁਹਾਨੂੰ ਪਤਾ ਸਰ ਬਿਜ਼ੀ ਆਦਮੀ ਆ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ, ਤੇ ਫਿਰ ਇਹ ਤੁਹਾਡੀਆਂ ਦੁਆਵਾਂ ਨੇ, ਮੇਰੀ ਭੈਣ ਭਰਾਵਾਂ ਦੀ ਦੁਆਵਾਂ ਨੇ ਦੇਖਦੇ ਪਏ ਨਾ ਜੀ 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 ਕਹਿੰਦੇ ਹੁਣ ਆਉਂਦੇ ਨਹੀਂ
ਅੱਛਾ ਮੈਂ ਕਿਹਾ ਆਣਗੇ ਨਹੀਂ ਨਹੀਂ ਆਵਾਂਗੇ ਜ਼ਰੂਰ ਆਵਾਂਗੇ ਖੁੱਲਾ ਮੈਦਾਨ ਛੋੜੇ ਆ ਮੈਂ ਕਿਹਾ ਪਹਿਲੇ ਦੁਨੀਆ ਕਰ ਲਵੇ ਸਹੀ ਫਿਰ ਅਸੀਂ ਦੁਬਾਰਾ ਫਿਰ ਨਹੀਂ ਨਹੀਂ ਬਿਲਕੁਲ ਆਵਾਂਗੇ ਜਨਾਬ ਆ ਗਏ ਜੀ ਸਾਡੇ ਇੱਥੇ ਗਰੀਬ ਖਾਨੇ ਤੇ ਜੀ ਹਾਂ ਜੀ ਇਨਸ਼ਾਅੱਲਾ ਅੱਜ ਪਤਾ ਲੱਗਾ ਕੋਈ ਨਈ ਵੈਰਾਈਟੀ ਆਈ ਹੈ ਤੇ ਕੋਈ ਜ਼ਬਰਦਸਤ ਜੀ ਆਫਰਾਂ ਲੱਗੀਆਂ ਨੇ ਚਲੋ ਦੇਖਨੇ ਫਿਰ ਕਰੋ ਜੀ ਕਰੋ ਹਾਂਜੀ ਹਬੀਬ ਸਾਹਿਬ ਮਾਸ਼ਾਅੱਲਾ ਫਿਰ ਹੁਣ ਅੱਗੇ ਆ ਗਏ ਚੰਨ ਚੜ੍ਹਨ ਦਾ ਟਾਈਮ ਆ ਗਿਆ ਹੁਣ ਚੰਨ ਚੜ੍ਹਨਾ ਚਾਹੀਦਾ ਦੇਖੋ ਮੇਰੇ ਭੈਣ ਭਾਈ ਵੀ ਬੜੀ ਦੂਰੋਂ ਆਉਂਦੇ ਨੇ ਪੋਸ਼ ਬਾਬਾ ਅੱਛਾ ਪੋਸ਼ ਬਾਬਾ ਆ ਗਿਆ ਫਿਰ ਆ ਗਿਆ ਫਿਰ ਆ ਗਿਆ ਪੋਸ਼ ਬਾਬਾ ਆ ਗਿਆ ਪ੍ਰਾਈਸ ਕੀ ਲਿਖੀ ਹਾਂ ਜੀ ਯਾਰ ਦਸ ਦਸ ਪਾਉਂਡ ਜੀ ਦਸ ਪਾਉਂਡ ਤੇ ਦੋ ਸੂਟ ਦੋ ਸੂਟ ਬਿਲਕੁਲ ਜੀ ਦਸ ਦੋ ਦੋ ਅੱਠਾਂ ਦੇ ਦੋ ਅੱਠ ਦੇ ਬਾਬਾ ਪੋਸ਼ ਦਾ ਜਸਟ 8 ਪਾਉਂਡ ਜੀ ਐ ਨਾ ਕਿ ਮੈਂ ਦੱਸਿਆ ਨਹੀਂ ਗਾਰੰਟੀ ਨਹੀਂ ਦੇਣਾ ਨੇ ਜਿਹੜਾ ਐਲੇ ਆ ਗਿਆ ਲੈ ਗਿਆ ਅੱਛਾ ਜਿਹੜਾ ਬਾਅਦ ਜਾ ਰੇਲਾ ਫੁੱਲ ਨੇ ਆਏ ਹਾਏ 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 ਰੇਲਾ ਫੁੱਲ ਨੇ ਐਡੀ ਗੁੱਸਾ ਜਨਾਬ ਗੁੱਸਾ ਨਹੀਂ ਹਬੀਬ ਸਾਹਿਬ ਗੁੱਸਾ ਨਹੀਂ ਹਬੀਬ ਸਾਹਿਬ ਗੁੱਸਾ ਨਹੀਂ ਐ ਦੇਖੋ ਮੇਰੇ ਭੈਣ ਭਰਾ ਬੜੀ ਦੂਰੋਂ ਆਉਂਦੇ ਨੇ ਫਰਮਾਇਸ਼ਾਂ ਕਰਦੇ ਨੇ ਨਾ ਨਾ ਤੁਸੀਂ ਦੱਸੋ ਜ਼ਰਾ ਪਹਿਲੇ ਦੱਸੋ ਜ਼ਰਾ ਹਾਂ ਬੋਲੋ ਜ਼ਰਾ ਚੰਨ ਚਾੜੋ ਇਹ ਵੀ ਮੈਂ ਹੁਣ ਲਾਣ ਲਗਾ ਨੇ ਚਾੜੋ ਚੰਨ ਚੰਨ ਚਾੜੋ ਚੰਨ ਚਾੜੋ ਦੋ ਸੂਟ 8 ਪਾਉਂਡ ਦੇ ਐ ਲੋ ਜੀ ਐ ਦੋ ਸੂਟ 8 ਪਾਉਂਡ ਐ ਲੋ ਐ ਲੋ ਐ ਲੋ ਜੀ ਦੋ ਸੂਟ 8 ਪਾਉਂਡ ਦੇ ਚੰਨ ਚੜੇਗਾ ਨਾ ਚੰਨ ਚੜੇਗਾ ਹਾਂ ਮੇਰੇ ਭੈਣ ਭਰਾ ਬੜੀ ਦੂਰੋਂ ਆਉਂਦੇ ਨੇ ਐ ਲੋ ਐ ਲੋ ਹਾਂ ਮੈਂ ਆਪਣੇ ਭੈਣ ਭਰਾਵਾਂ ਸ਼ਰਮਿੰਦਾ ਨਹੀਂ ਕਰਾਣਾ ਐ ਲੋ ਐ ਸੂਟ ਜਿਹੜਾ ਜਨਾਬ ਦੋ ਸੂਟ 8 ਪਾਉਂਡ ਦੇ ਐ ਤਾਂ ਕੋ 3 ਪੀਸ ਸੂਟ ਹੈ ਬਿਲਕੁਲ ਪੱਕਾ ਰਹਿਣਾ 3 ਪੀਸ ਸੂਟ ਬਿਲਕੁਲ ਜੀ ਬਾਬਾ ਪੋਸ਼ 3 ਪੀਸ ਸੂਟ ਜਨਾਬ ਦੋ ਸੂਟ 8 ਪਾਉਣਾ ਜੀ ਜ਼ਬਰਦਸਤ ਜੀ ਬਿਲਕੁਲ ਜੀ ਉਹ ਮੇਰੀ ਭੈਣੋ ਤੇ ਮੇਰੇ ਭਰਾਓ ਜਲਦੀ ਜਲਦੀ ਆ ਜਾਓ ਦੇਰ ਨਹੀਂ ਕਰਨੀ ਪਹਿਲੇ ਆਓ ਪਹਿਲੇ ਪਾਓ ਫਿਰ ਨੀ ਕਹਿਣਾ ਦੇਸੀ ਭਾਈ ਜੀ ਤੁਸੀਂ ਦੱਸਿਆ ਨੀ ਅਸੀਂ ਲੇਟ ਹੋ ਗਏ ਹਾਂ ਦੋ ਸੂਟ ਜਿਹੜਾ ਜੀ ਅਸਾਂ 12 ਦੇ ਤੁਹਾਨੂੰ ਪਿਛਲੀ ਦਫਾ ਸ਼ੋ ਕੀਤੇ ਸੀ ਜੀ ਜੀ ਬਿਲਕੁਲ ਦੋ ਰੇਲਾਂ ਮੇਰੇ ਕੋਲ ਰਹਿ ਗਈਆਂ ਨੇ 10 ਪਾਉਣ ਦਾ ਆਣ ਕੇ ਦੋ ਸੂਟ ਚੁੱਕ ਲਵਾਂ 10-10 ਪਾਉਣ ਦੇ 10-10 ਪਾਉਣ ਦੇ ਲੈ ਜੀ 10 ਡਿਜ਼ਾਈਨਰ ਟੈਗ ਲਗੇ 10 ਪਾਉਣ ਲੈ ਜੀ ਦੋ ਸੂਟ 10 ਪਾਉਣ ਦੇ ਇਹ ਆ ਗਏ ਜੇ ਦਿਖਾਓ ਜੀ ਸ਼ੇਅਰ ਕਰੋ ਜੀ 10 ਮੈਂ ਕਰਾਂ ਲਗਾ ਦੋ ਸੂਟ 10 ਪਾਉਣ ਜੀ ਇਹ ਲੋ ਜੀ 5-5 ਪਾਉਣ ਦਾ ਸੂਟ ਤੇ ਦੋ ਸੂਟ 10 ਪਾਉਣ ਜੀ ਇਹ ਕਲਰ ਜੀ ਬਿਲਕੁਲ ਸ਼ਾਇਦ ਅਵੇਲੇਬਲ ਨੇ ਕਲਰ ਅਵੇਲੇਬਲ ਹੈ ਹਾਂ ਇਹ ਵੀ 3 ਪੀਸ ਹੈ ਕੋਈ ਗਾਰੰਟੀ ਨਹੀਂ ਇਹ ਵੀ 3 ਪੀਸ ਹੈ 3 ਪੀਸ ਜੀ ਲਓ ਜੀ ਇਹ ਵੀ 3 ਪੀਸ ਹੈ ਦੋ ਰੇਲਾਂ ਭਰੀਆਂ ਨੇ ਆਣ ਕੇ ਇਹ ਦਿਖਾ ਦੇਣਾ ਇੱਥੇ 12 ਮੁੰਡ ਲੱਗੇ ਆਲਰੇਡੀ ਤੇ ਦੋ ਠੀਕ ਹੈ ਨਾ ਦੋ ਦੱਸਾਂ ਦੇ ਚੈਨਲ ਦੀ ਵਜ੍ਹਾ ਨਾਲ ਬਿਲਕੁਲ ਇਹ ਚੈਨਲ ਦਾ ਸ਼ਾਟ ਕਰਾ ਦਿਖਾਓਗੇ ਨਾ ਸਕਰੀਨ ਸ਼ਾਟ ਦਿਖਾਓ ਦੋ ਦੱਸਾਂ ਦੇ ਉਹ ਸਕਰੀਨ ਸ਼ਾਟ ਮੈਨੂੰ ਦੱਸ ਕੇ ਦੋ ਹੀ ਰੇਲਾਂ ਨੇ ਆਣ ਕੇ ਚੁੱਕੀ ਜਾਓ 10-10 ਪਾਉਂਡ ਦੋ ਸੂਟ ਜੀ ਤੇ ਦੋ ਦੱਸਾਂ ਦੇ ਹੁਣ ਮੈਂ ਆਣ ਲਗਾ ਨੇ ਸ਼ਰਾਰੇ ਤੇ ਗਰਾਰੇ ਹਾਏ ਹਾਏ ਸ਼ਰਾਰਾ ਔਰ ਗਰਾਰਾ ਗਰਾਰਾ ਇਹ ਕੋਲੂ ਜਰਾ ਇਹ ਕੋਲੂ ਕਰਕੇ ਜੀ ਇਹ ਠੀਕ ਹੈ ਬਿਲਕੁਲ ਜੀ ਜਰਾ ਮੈਂ ਹੁਣ ਤਕਾਣ ਲਗਾ ਦਿਖਾਓ
ਦਿਖਾਓ ਫਿਰ ਵੀ ਬੰਦੇ ਕਹਿੰਦੇ ਬਾਬਾ ਪੋਸ਼ ਨਹੀਂ ਹੈ ਜੀ ਨਹੀਂ 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 ਬਿਲਕੁਲ ਜੀ ਇਹ ਦੇਖੋ ਜੀ ਬਾਬਾ ਪੋਸ਼ ਬਾਬਾ ਪੋਸ਼ ਹੈ ਨਾ ਬਾਬਾ ਪੋਸ਼ ਜੀ ਅੱਛਾ ਜੀ ਮੈਂ ਹੁਣ ਡਿਜ਼ਾਈਨ ਸੁੱਟਣ ਲੱਗਾ ਅੱਛਾ ਜੀ ਪਹਿਲੇ ਮੈਨੂੰ ਦਿਖਾ ਕੇ ਪਹਿਲੇ ਮੈਨੂੰ ਦਿਖਾ ਕੇ ਨਹੀਂ ਤੁਹਾਨੂੰ ਤਾਂ ਪਹਿਲੇ ਨਾ ਜੀ ਬੀਬੀਆਂ ਪੈਣਾ ਨੇ ਬੜੀ ਦੂਰੋਂ ਆਣਾ ਹੁੰਦਾ ਹਾਂ ਇਹ ਲੋ ਬਿਲਕੁਲ ਮੈਂ ਨੀ ਚਾਹੁੰਦਾ ਕਿਸੇ ਭੈਣ ਭਰਾ ਨੂੰ ਤਕਲੀਫ ਹੋਵੇ ਆ ਕੇ ਕਵੇ ਜੀ ਨੀ ਇਹ ਸਾਨੂੰ ਪਸੰਦ ਨਹੀਂ ਲਾਇਆ ਸੀ ਨਾ 25 ਪਾਉਣ ਦਾ ਸੂਟ ਜੀ 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 ਫਿਰ ਇਸ ਨੂੰ ਮੈਂ ਕੀਤਾ ਨੇ 15 ਦਾ ਫਿਰ ਹੁਣ 2 20ਆਂ ਦੇ ਆਏ ਦੂਰੋਂ ਹਾਂ ਇਹ ਰਿਹਾ ਇਹ ਰਿਹਾ ਤੁਹਾਡੇ ਆਣੇ ਤਾਂ 2 ਪਾਉਣ ਹੋਰ ਡਿਸਕਾਊਂਟ 2 ਸੂਟ 18 ਪਾਉਣ ਲਓ ਜੀ 2 ਸੂਟ 18 ਪਾਉਣ ਦੇ ਬਿਲਕੁਲ ਬਾਬਾ ਪੋਸ਼ ਦੇ ਬਾਬਾ ਪੋਸ਼ 2 ਸੂਟ 18 ਪਾਉਣ ਜੀ ਸਕਰੀਨਸ਼ਾਟ ਦਿਓ ਜੀ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਹਾਂ ਜੀ ਲਨਵੀਨ ਹੈ ਠੀਕ ਹੈ ਜੀ 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 ਬੜੀ ਦੂਰੋਂ ਆ ਮੈਂ ਸਪੈਸ਼ਲ ਆਇਆ ਤੁਹਾਡੇ ਵਾਸਤੇ ਮੈਂ ਆਇਆ ਪੈਨਾ ਦੀ ਫਰਮਾਇਸ਼ ਹੈ ਭਾਈ ਜੀ ਦੁਬਾਰਾ ਜਾਓ ਸਾਨੂੰ ਦਿਖਾਓ ਉੱਥੇ ਕੀ ਵਰਾਇਟੀ ਹੈ ਹਾਂ ਲੋਨ ਆ ਗਈ ਜਨਾਬ ਇਹ ਸੂਟ ਦੇਖੋ ਜੀ ਮਾਸ਼ਾਅੱਲਾ ਇਹ ਦੇਖੋ ਇਹ ਦੇਖੋ ਬਿਲਕੁਲ ਜੀ ਠੀਕ ਹੈ ਜੀ ਇਹ ਦੇਖੋ ਜੀ ਬਿਲਕੁਲ ਜੀ ਲਿਆਓ ਜੀ ਅਗਲਾ ਕਰੋ ਜੀ ਇਹ ਸਾਹਮਣੇ ਕਰੋ ਇਧਰ ਇਹ ਫੁੰਮਨ ਸੁੰਮਨ ਲੱਗੇ ਨੇ ਜਨਾਬ ਇਹ ਦੇਖੋ ਨਾ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਲਓ ਜੀ 2 18 ਦੇ ਜਨਾਬ ਇੱਧਰ ਹੋ ਗਏ ਜੀ ਸਾਰਾ ਮਾਲ ਲੱਗੇ ਆ ਨੇ ਜੀ ਅੱਛਾ ਜੀ ਹੁਣ ਦੇਖ ਲਓ ਹੁਣ ਅਸੀਂ ਕੋਈ ਤੁਹਾਨੂੰ ਗਲਤ ਬਿਆਨ ਨਹੀਂ ਅੱਛਾ ਜੀ ਮਾਸ਼ਾਅੱਲਾ ਜੀ ਹੁਣ ਸਟਣ ਲਗਾ ਨੇ ਮੈਕਸੀ ਆ ਮੈਕਸੀ ਸਿਰ ਸੁਣ ਐਡਾ ਗੁੱਸਾ ਨਹੀਂ ਉਹ ਵੀਰ ਸਾਹਿਬ ਗੁੱਸਾ ਨਹੀਂ ਉਹ ਨਹੀਂ ਸਰ ਜੀ ਗੁੱਸਾ ਨਹੀਂ ਦੀਦਾਰ ਕਰਾਓ ਪਹਿਲੇ ਉਹ ਪਹਿਲੇ ਦਿਖਦਾ ਆਣਾ ਵੀ ਬੜੇ ਦੂਰੋਂ ਵੇ ਹਾਂ ਤੇ ਦੀਦਾਰ ਵੀ ਤੁਹਾਨੂੰ ਮੈਂ ਕਰਾਣਾ ਵੇ ਤੇ ਮੈਂ ਮੈਕਸੀ ਨੂੰ ਸੁੱਟਣ ਲਗਾ ਨੇ 2-15 ਦੀ ਪ੍ਰਾਈਸ ਲਿਖੀ ਹੈ ਅੱਛਾ ਹੁਣ ਹੁਣ ਫੇਰ ਕੀ ਚੰਨ ਚੜਨਾ ਜੀ ਤੁਸੀਂ ਬੋਲੋ ਜੀ ਬੋਲੋ ਉਹ ਨਹੀਂ ਸਰ ਜੀ ਤੁਸੀਂ ਬੋਲੋ ਮੈਂ ਦੂਰੋਂ ਆਇਆ ਮੈਂ ਕਹਿਣਾ ਜੀ ਦੂਰੋਂ ਆਏ ਹੋ 2 ਦਸਾਂ ਦੀਆਂ ਮੈਕਸੀਆਂ ਲਓ ਜੀ 2 ਮੈਕਸੀ 10 ਪਾਉਣ ਜੀ ਲਓ ਜੀ 2 ਮੈਕਸੀ 10 ਪਾਉਣ ਲੋ ਜੀ ਲੋ 5-5 ਪਾਉਂਡ ਦੀ ਮੈਕਸੀ ਨਾ ਮਿਲ ਜੇ ਠੀਕ ਹੈ ਜੀ ਤੇ ਕਿਹੜੇ ਜਾਣੇ ਦੀ ਲੋੜ ਨਹੀਂ ਸਿੱਧਾ ਐਚਏ ਫੈਸ਼ਨ ਰਾਜਡਲ ਇਹ 5-5 ਪਾਉਂਡ ਦੀ ਬਿਲਕੁਲ ਜੀ ਸੰਡੇ ਮੈਂ ਕੈਨਨ ਮਿਲਾਂ ਨੇ ਜੀ ਠੀਕ ਹੈ ਜੀ ਕਲੋਜ਼ ਹੈ ਸ਼ਾਪ ਅੱਛਾ ਮੰਡੇ ਟੂ ਫਰਾਈਡੇ ਫਰਾਈਡੇ ਆਫਟਰ ਜੁਮਾ ਬਿਲਕੁਲ ਜੀ ਠੀਕ ਹੈ ਜੀ ਬਿਲਕੁਲ ਆ ਜਾਓ ਮੈਕਸੀਆਂ ਹੈ 2 ਦਸਾਂ ਦੀਆਂ ਬਿਲਕੁਲ ਜੀ ਬਿਲਕੁਲ ਆ ਜਾਓ ਜੀ ਆ ਜਾਓ ਮੰਡੇ ਤੋਂ ਬਾਅਦ ਤੁਸੀਂ ਆਓ ਜਨਾਬ ਬਿਲਕੁਲ ਇਹ ਆਫਰ ਮਿਲਣੀ ਤੁਹਾਨੂੰ ਇੱਥੇ ਜਨਾਬ ਬਿਲਕੁਲ ਜੀ 2 ਮੈਕਸੀਆਂ ਹਾਂ 2 ਮੈਕਸੀਆਂ 10 ਪਾਉਣ ਜੀ 2 ਮੈਕਸੀ 10 ਪਾਉਣ ਜੀ ਮੈਂ ਹੁਣ ਲਓ ਜੀ ਅੰਦਰ ਅੱਛਾ ਜੀ ਇਹ ਬੀਬ ਸਾਹਿਬ ਜੀ ਜੀ ਗਾਸਨ ਉਹ ਬੀਬੀਆਂ ਪਹਿਨਾ ਵਾਸਤੇ ਸੋਹਣੇ ਸੋਹਣੇ ਸੂਟ ਦਿਖਾਏ ਜੇ ਤੇ ਉਹ ਛੋਟੇ ਛੋਟੇ ਬੱਚੇ ਪ੍ਰਾਈਜ਼ ਨਹੀਂ ਨਾ ਉਹ ਵੀ ਆਪਣੇ ਨੇ ਭਤੀਜੇ ਨੇ ਭਾਂਜੇ ਨੇ ਹਾਂ ਦੱਸੋ ਨਾ ਜ਼ਰਾ ਹਾਂ ਉਹ ਛੋਟੇ ਬੱਚਿਆਂ ਦਾ ਵੀ ਦੱਸੋ ਨਾ ਹਾਂ ਇਹ ਦਿਖਾਓ ਨਾ ਜ਼ਰਾ ਸ਼ਫੂਨ ਦੇ ਸ਼ਫੂਨ ਹੈ ਲੈ ਜੀ ਇਹ ਸ਼ਫੂਨ ਜੀ ਲੈ ਜੀ ਸ਼ਫੂਨ ਜੀ ਜੀ ਇਹ ਛੋਟੇ ਛੋਟੇ ਬੱਚੇ ਜੀ ਪਿਆਰੇ ਪਿਆਰੇ ਗੁੱਲੂ 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 ਮਾਸ਼ਾਅੱਲਾ ਜੀ 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 ਬਿਲਕੁਲ ਬਿਲਕੁਲ ਬੱਚਿਆਂ ਦੇ ਪਹਿਲੇ ਜੀ ਪਹਿਲੇ ਬੱਚੇ ਭਾਈ ਜੀ ਹਾਏ 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 ਅੱਛਾ ਜੀ ਇਹ ਸੋਹਣੇ ਸੋਹਣੇ ਕਲਰ ਤੇ ਸੋਹਣੀ ਸੋਹਣੀ ਕਢਾਈਆਂ ਜਨਾਬ
ਬੱਚੇ ਸੋਹਣੇ ਸੋਹਣੇ ਲੱਗਣ ਨੇ ਜੀ ਮਾਸ਼ਾਅੱਲਾ ਦੇਖੀ ਜਾਓ ਇਹ ਸ਼ਾਦੀ ਵਿਆਹ ਦਾ ਮੌਸਮ ਆ ਰਿਹਾ ਹੈਗਾ ਜਨਾਬ ਤੇ ਬੱਚਿਆਂ ਨੇ ਜਾਣਾ ਬਿਲਕੁਲ ਜੀ ਸ਼ਫੂਨ ਆ ਗਈ ਜਨਾਬ ਖੂਬਸੂਰਤ ਜਨਾਬ ਲੈ ਜੀ ਦੋ ਬਾਰਾਂ ਦੇ ਜਬਰਦਸਤ ਵਰਾਇਟੀ ਜੀ ਲੈ ਜੀ ਲੈ ਜੀ ਇਹ ਸਾਰੇ ਤੁਹਾਡੇ ਨਾਲ ਸ਼ੇਅਰ ਕਰਦੇ ਜੀ ਬਿਲਕੁਲ ਹਾਂਜੀ ਕੁੜਤੇ ਆ ਗਏ ਦਸਾਂ ਦੇ ਕੋਈ ਅੱਛਾ ਜੀ ਕੁੜਤੇ ਵੀ ਹੈ ਨੇ ਲਓ ਜੀ ਹਾਂ ਦਿਖਾਓ ਜੀ ਕੁੜਤਾ ਕਿਹੜਾ ਜੀ ਇਹ ਦਿਖਾਓ ਆਏ ਹਾਏ ਕੁੜਤਾ ਕੁੜਤੇ ਇਹ ਲੋ ਜੀ ਇਹ ਲੋ ਗਰਮੀਆਂ ਵਿੱਚ ਕੁੜਤੇ ਜਨਾਬ ਹਾਂ ਜੀ ਇਹ ਦੇਖੋ ਜੀ ਮਾਸ਼ਾਅੱਲਾ ਮਾਸ਼ਾਅੱਲਾ ਅੱਛਾ ਜੀ ਸਹੀ ਹੈ ਜੀ ਬਿਲਕੁਲ ਦਿਖਾ ਰਹੇ ਜੀ ਬਿਲਕੁਲ ਦਿਖਾ ਰਹੇ ਜਨਾਬ ਚਾਰ ਦਸਾਂ ਦੇ ਜੀ ਲੈ ਜੀ ਚਾਰ ਦਸਾਂ ਦੇ ਚਾਰ ਗਰਮੀਆਂ ਦੀ ਹੁਣ ਜਾਲੀ ਵੀ ਆ ਗਈ ਅੱਛਾ ਜੀ ਜਾਲੀ ਆ ਗਈ ਚਾਰ ਦਸਾਂ ਇਹ ਵੀ ਚਾਰ ਦਸਾਂ ਦੀਆਂ ਨੇ ਦਸਾਂ ਦੀਆਂ ਮਾਸ਼ਾਅੱਲਾ ਮਾਸ਼ਾਅੱਲਾ ਜੀ ਇਹ ਲੈ ਜੀ ਬੱਚਿਆਂ ਦੇ ਬਾਏ ਆ ਗਏ ਜੀ ਬੱਚਿਆਂ ਦੇ ਬਾਏ ਦਾ ਕੀ ਦਿਖਾਤੇ ਜੇ ਨਹੀਂ ਉਹ ਵੱਡਿਆਂ ਦੇ ਦੱਸੇ ਅੱਛਾ ਜੀ ਇਹ ਲੋ ਜੀ ਬੱਚਿਆਂ ਦੇ ਬਾਏ ਫਿਰ ਆ ਗਏ ਨੇ ਦੋ ਬਾਰਾਂ ਦੇ ਦੋ ਬਾਰਾਂ ਦੇ ਕੋਈ ਪੰਦਰਾਂ ਲੈ ਜੀ ਦੋ ਬਾਏ ਬਾਰਾਂ ਦੋ ਬਾਇਆ ਸਿਰਫ 12 ਪਾਉਣ ਬੱਚਿਆਂ ਦੇ ਬਾਇਆ ਆਏ ਦੇ ਹਾਂ ਇਹ ਤੇ ਹੈ ਇਹ ਤੇ ਗੱਲ ਸਹੀ ਹੈ ਮੈਂ ਹੁਣ ਕਲਰਾਂ ਵਿੱਚ ਵੀ ਦੱਸਦਾ ਹਾਂ ਲੋ ਜੀ ਹੈ ਲੋ ਕਲਰ ਵੀ ਦੇਖ ਲਓ ਜੀ ਮਾਸ਼ਾਅੱਲਾ ਐ ਨਹੀਂ ਵਾਈਟ ਕਲਰ ਵੀ ਹੈ ਨੇ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਲੈ ਜੀ ਲੈ ਬੱਚਿਆਂ ਦੇ 12 ਪਾਉਣ ਦੇ ਲੈ ਜੀ ਲੋ ਜ਼ਬਰਦਸਤ ਹੋ ਗਿਆ ਜੀ ਇਹ ਦੇਖੋ ਜੀ ਕੋਈ ਛੋਟੇ ਛੋਟੇ ਬੱਚੇ ਇਹ ਜ਼ੀਰੋ ਸ਼ੈਜ਼ ਜਿਹਨੂੰ ਕਹਿੰਦੇ ਜ਼ੀਰੋ ਸ਼ੈਜ਼ ਹੈ ਜ਼ੀਰੋ ਵਾਲੇ ਕਿਊਟ ਕਿਊਟ ਬੇਬੀਜ਼ ਬੇਬੀਆਂ ਦੇ ਹਾਂ ਇਹ ਕਿਊਟ ਕਿਊਟ ਬੇਬੀ ਹੈ ਬਿਲਕੁਲ ਜੀ ਦੂਲੇ ਬਣਾਓ ਪ੍ਰਾਈਸ ਤੁਹਾਡੇ ਦੇ ਵੇ ਨਹੀਂ ਨਹੀਂ ਪ੍ਰਾਈਸ ਤੁਹਾਡੇ ਦੇ ਉਹ ਨਹੀਂ ਸਰ ਜੀ ਨਹੀਂ ਸਰ ਦੱਸੋ ਉਹ ਨਹੀਂ ਸਰ ਜੀ ਤੁਸੀਂ ਉਹ ਜਾਣ ਦੋ ਜੀ ਜਾਣ ਦੋ ਜੀ ਅੱਜ ਪੰਜ ਠੀਕ ਨੇ ਜਾਣ ਦੋ ਜੀ ਪੰਜ ਪਾਉਂਡ ਠੀਕ ਨੇ ਉਹ ਪੰਜ ਪਾਉਂਡ ਹੀ ਠੀਕ ਹੈ ਜੀ ਚਲੋ ਠੀਕ ਹੈ ਜੀ ਚਲੋ ਜੀ ਸਾਰੇ ਸਾਈਜ਼ ਬੱਚਿਆਂ ਦੇ ਅਵੇਲੇਬਲ ਨੇ ਬਿਲਕੁਲ 0 ਤੋਂ ਲੈ ਕੇ ਤੇ 13 ਇਅਰ 올ਡ ਤੱਕ ਸਾਈਜ਼ ਬੱਚਿਆਂ ਦੇ ਪੰਜ ਪਾਉਂਡ ਜੀ ਇਹ ਦੇਖੋ ਜੀ ਛੋਟਾ ਵੀ 5 ਪਾਉਂਡ ਦਾ ਤੇ ਵੱਡਾ ਵੀ 5 ਪਾਉਂਡ ਦਾ ਇਹ ਨਹੀਂ ਹੈ ਕਿ ਛੋਟਾ ਸਿਰ 5 ਪਾਉਂਡ ਦਾ ਵੱਡਾ ਵੀ 5 ਪਾਉਂਡ ਦਾ ਲਓ ਜੀ ਮਾਸ਼ਾਅੱਲਾ 13 14 ਸਾਲ ਦੇ ਬੱਚੇ ਤੱਕ ਜਨਾਬ ਸਿਰ 5 ਪਾਉਂਡ ਦੇ ਬਿਲਕੁਲ ਜੀ ਸ਼ਾਦੀ ਵਿਆਹ ਦਾ ਸੀਜ਼ਨ ਆ ਰਿਹਾ ਜਨਾਬ ਦੇ ਬਿਲਕੁਲ ਜੀ ਬਿਲਕੁਲ ਜੀ ਲਓ ਜੀ ਟਰੋਜ਼ਰ ਵੀ ਆ ਗਏ ਜਨਾਬ ਦੇ ਟਰੋਜ਼ਰ ਵੀ ਜਨਾਬ ਮਾਸ਼ਾਅੱਲਾ ਇਹ ਤੱਕ ਉਹਨਾਂ ਰੰਗ ਬਰੰਗੇ ਟਰੋਜ਼ਰ ਮਿਲਣੇ ਤੁਹਾਨੂੰ ਜਨਾਬ ਇਹ ਲਓ ਜੀ ਲਓ ਜੀ ਹਾਂਜੀ ਕਿਹੜਾ ਚੰਨ ਚੜ੍ਹਨਾ ਜਿੱਥੇ ਪਿਛਲੀ ਦਫਾ ਤੁਹਾਨੂੰ ਕਿਹਾ ਸੀ 2-5 ਦੇ ਅੱਛਾ ਤੇ ਹੁਣ ਅੱਜ ਕੁਝ ਵੀ ਨਹੀਂ ਅੱਛਾ ਅੱਜ 2-4 ਪਾਉਣ ਦੇ 2-4 ਪਾਉਣ ਦੇ ਚਲੋ ਜੀ 2 ਟਰੋਜ਼ਰ 4 ਪਾਉਣ ਦੇ ਲਓ ਜੀ 2 ਟਰੋਜ਼ਰ 4 ਪਾਉਣ ਦੇ ਡਿਜ਼ਾਈਨ ਦੇਖੀ ਜਾ ਅੱਛਾ ਦਿਖਾਓ ਜੀ ਦਿਖਾਓ ਠੀਕ ਹੈ ਜੀ ਇਹ ਲਓ ਜੀ ਇਹ ਟਰੋਜ਼ਰ 2 ਮਿਲਨੇ ਨੇ 4 ਪਾਉਣ ਦੇ 4 ਪਾਉਣ ਲਓ ਜੀ ਠੀਕ ਹੈ ਜੀ ਬਿਲਕੁਲ ਜੀ ਕੋਈ ਮਿਕਸ ਐਂਡ ਮੈਚ ਕਰੋ ਜੀ ਮਿਕਸ ਐਂਡ ਖਾਤਾ ਨਹੀਂ ਨੇ ਅੱਛਾ ਕੋਈ ਐਸਾ ਮਸਲਾ ਨਹੀਂ ਮਿਕਸ ਮੈਚ ਕਰੋ ਜੀ ਟਰੋਜ਼ਰ ਬਿਲਕੁਲ 4 ਪਾਉਣ ਦੇ 4 ਪਾਉਣ ਦੇ ਕੋਈ 2 ਟਰੋਜ਼ਰ ਲੈ ਲਓ ਜਨਾਬ ਤੇ 4-4 ਪਾਉਣ ਜੀ ਬਿਲਕੁਲ 2 ਟਰੋਜ਼ਰ 4 ਪਾਉਣ ਜੀ ਜ਼ਬਰਦਸਤ ਜੀ ਸਹੀ ਹੋ ਗਿਆ ਜੀ ਜ਼ਬਰਦਸਤ ਆਗਾਜ਼ ਕਰੋ ਜੀ ਚਲੋ ਜੀ ਅਜੂਬੇ ਤੋਂ ਕਰੋ ਜੀ ਦੱਸ ਦਿਓ 12 ਦੀ ਪਿਛਲੀ ਪ੍ਰਾਈਸ ਸੀ ਅੱਛਾ ਜੀ ਇਹ ਦੇਖੋ ਜੀ ਮਾਸ਼ਾਅੱਲਾ 12 ਪਾਉਣ ਜੀ ਕੰਟੀਨਿਊ ਰੱਖੀ ਹੈ ਅੱਛਾ ਜੀ ਅੱਜ ਮੈਂ ਦੁਬਈ ਤੋਂ ਮਾਲ ਆਇਆ ਨੇ ਨਵਾਂ ਅੱਛਾ ਪਿੱਛੇ ਮੈਂ ਤੁਹਾਨੂੰ ਅੰਬਾਰ ਦੱਸ ਦਿਆਂਗਾ ਪਿਛਲੇ ਉਧਰ ਸੈਰੀਏ ਵਿੱਚ ਲੈ ਕੇ ਜਾਵਾਂਗਾ ਐਂਡ ਤੇ ਲੈ ਕੇ ਜਾਵਾਂਗਾ ਇੱਥੋਂ ਸ਼ੁਰੂ ਕਰਦੇ ਅੱਛੀ ਸ਼ੁਰੂ ਕਰੋ ਜੀ ਠੀਕ ਹੈ ਜੀ ਬਿਸਮਿਲਲਾ ਕਰੋ ਜੀ ਬਿਸਮਿਲਲਾ ਲਓ ਜੀ ਇਹ ਲਓ ਜੀ ਮੈਂ ਹੁਣ ਜੁੱਬੇ ਜਿਹੜਾ ਨਾ ਜੀ ਤੁਹਾਨੂੰ ਨਾਲੋਂ ਨਾਲ ਦੱਸੀ ਜਾਂਦਾ ਨੇ ਬਿਲਕੁਲ ਦੁਬਈ ਵਾਲਾ ਮਾਲ ਹੈ ਠੀਕ ਹੈ ਜੀ ਇਹ ਦੁਬਈ ਵਾਲਾ ਮਾਲ ਜਨਾਬ ਬਿਲਕੁਲ ਜੀ
ਬਿਲਕੁਲ ਜੀ, ਪ੍ਰੋਪਰ ਡਿਜ਼ਾਈਨਰ ਮਾਲ ਇਹ ਜਿਹੜਾ ਨਾ ਅੱਜ ਆਫਰਾਂ ਦੇ ਰਿਕਾਰਡ ਤੋੜਦੇ ਨੇ ਵੀਰ ਸਾਹਿਬ। ਇਹ ਦੇਖੋ ਬੜੀ ਦੂਰੋਂ ਆਇਆ ਮੈਂ, ਆਏ ਦੂਰੋਂ, ਹਾਂ ਬੜੀ ਫਰਮਾਇਸ਼ ਕਰਕੇ, 12 ਦੀ ਸੀ ਨਾ, ਬਿਲਕੁਲ ਬਿਲਕੁਲ, ਮੈਂ ਬੜੀ ਫਰਮਾਇਸ਼ ਹੈ, ਮੈਂ ਕੋਈ ਹੋਰ ਕਦਮ ਨਹੀਂ ਚੁੱਕਣ ਲਗਾਣਾ। ਅੱਛਾ ਹੈ ਜੀ, ਚਲੋ ਆਏ ਦੂਰੋਂ, ਬਿਲਕੁਲ ਬਿਲਕੁਲ, ਇਹ ਹਿੱਟ ਕਰੋ ਇਸ ਵਬਾਏ ਨੂੰ। ਅੱਛਾ ਹੋ ਗਿਆ, ਉਮਰੇ ਦਾ ਸੀਜ਼ਨ ਵੀ ਹੈ। ਅੱਛਾ ਚਲੋ, ਲੱਗਦਾ ਮੈਂ ਲਾਣ ਲਗਾ, ਲਾਓ ਲਾਓ, ਪਤਾ ਲੱਗਿਆ ਨਾ ਤੇਰਾ, ਦੋ ਜੁਬੇ 18 ਪਾਉਣ ਦੇ, ਲਓ ਜੀ ਦੋ ਜੁਬੇ 18 ਪਾਉਣ ਦੇ ਜੀ, ਠੀਕ ਹੈ, ਨਾ 12 ਨਾ 13, ਦੋ ਜੁਬੇ 18 ਪਾਉਣ ਦੇ, ਹੁਣ ਸੁੱਟਣਾ ਨਹੀਂ ਆ, ਠੀਕ ਹੈ, ਕਿਉਂਕਿ ਜਾਣੇ ਆ ਬੇਗ, ਪਤਾ ਕਿ ਲੋਕਾਂ ਨੇ ਮਦੀਨੇ ਵਿੱਚ ਵੀ ਜਾਣਾ ਤੇ ਬਿਲਕੁਲ ਅੱਲਾ ਦੇ ਘਰ ਵੀ ਜਾਣਾ, ਬਿਲਕੁਲ ਬਿਲਕੁਲ, ਇਹਨਾਂ ਨੂੰ ਮੈਂ ਨਹੀਂ ਸੁੱਟ ਸਕਦਾ, ਬਿਲਕੁਲ ਬਿਲਕੁਲ, ਠੀਕ ਹੈ ਜੀ, ਮੈਂ ਲੈ ਜੀ ਲੈ ਜੀ ਲੈ ਜੀ ਲੈ ਲਓ ਜੀ, ਦੋ 18 ਪਾਉਣ ਦੇ, ਦੋ 18 ਲੈ ਜੀ, ਦੋ 18 ਪਾਉਣ ਦੇ ਜਨਾਬ, ਠੀਕ ਹੈ, ਇਹ ਲਓ ਜੀ, ਇਹ ਕਲਰ ਤੱਕੋ ਜੀ, ਡਿਜ਼ਾਈਨ ਤੱਕੋ ਜੀ, ਮਾਸ਼ਾਅੱਲਾ, ਦੋ 18 ਪਾਉਣ ਦੇ, ਹੁਣ ਕਲਰ ਦੇਖੀ, ਇਹ ਤੱਕੋ ਜੀ, ਡਿਜ਼ਾਈਨ ਤੱਕ ਦੇ ਜਾਓ ਜੀ, ਦੋ 18 ਪਾਉਣ ਦੇ, ਇਹ ਬਟਰਫਲਾਈ ਬਣੀ ਜਨਾਬ ਤੇ ਮਾਸ਼ਾਅੱਲਾ, ਹਾਏ ਹਾਏ, ਇਹ ਤੱਕੋ ਜੀ, ਇਹ ਤੱਕੋ, ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ, ਸਿਰਫ ਦੋ 18 ਪਾਉਣ ਦੇ, ਲੈ ਜੀ ਦੋ ਜੁਬੇ ਸਿਰਫ 18 ਪਾਉਣ ਦੇ, ਫਿਰ ਨੀ ਕਹਿਣਾ ਦੱਸਿਆ ਨੀ ਸੀ, ਹਾਂ ਮੈਂ ਦੱਸਦਾ ਜਨਾਬ, ਮੈਂ ਦੱਸਦਾ, ਹਾਂ ਮੈਂ ਦੱਸਦਾ, ਅੱਛਾ ਜੀ, ਜੁਬੇ ਹੋ ਗਏ ਜਨਾਬ, ਰੰਗ ਰੰਗ ਦਾ ਜੁਬਾ ਜਨਾਬ, ਇਹ ਦੇਖੋ ਰੰਗ ਰੰਗ ਦੇ ਜੁਬੇ ਜੀ, ਬਿਲਕੁਲ ਜੀ, ਦੋ 18 ਪਾਉਣ ਦੇ, ਕੋਈ ਦੋ ਲੈ ਲਓ ਜਨਾਬ, ਬਿਲਕੁਲ ਮਿਕਸ ਐਂਡ ਮੈਚ ਕਰ ਸਕਦੇ ਹੋ ਤੁਸੀਂ, ਬਿਲਕੁਲ ਜੀ, ਮਿਕਸ ਐਂਡ ਮੈਚ ਕਰ ਲਓ ਜਨਾਬ, ਦੋ 18 ਪਾਉਣ ਦੇ, ਬਿਲਕੁਲ ਜੀ, ਆ ਜਾਓ ਜੀ, ਅੱਛਾ ਜੀ, ਹਾਂ ਜੀ ਹਬੀਬ ਸਾਹਿਬ, ਮਾਸ਼ਾਅੱਲਾ, ਫਿਰ ਹੁਣ ਅੱਗੇ ਆ ਗਏ, ਚੰਨ ਚੜ੍ਹਨ ਦਾ ਟਾਈਮ ਆ ਗਿਆ, ਹੁਣ ਚੰਨ ਚੜ੍ਹਨ ਦਾ ਚਾਹੀਦਾ, ਚੰਨ ਚੜ੍ਹਨ ਲੱਗਾ, ਜੇ ਮੈਂ ਆਇਆ ਦੂਰੋਂ, ਹਾਂ ਆਏ ਦੂਰੋਂ, ਚੰਨ ਚੜ੍ਹਨ ਲੱਗਾ, ਹਾਂ ਬਿਲਕੁਲ, ਇਹ ਨਈ ਵਰਾਇਟੀ ਆਇਆ ਤੋਂ ਸ਼ੁਰੂ ਕਰ, ਅੱਛਾ ਲਓ ਜਿੱਥੇ ਬੱਚੇ ਦੇ ਉਬਾਇਆ ਵੀ ਆਏ ਨੇ, ਸਾਰਾ ਕੁਝ, ਓਏ ਹੋਏ ਹੋਏ, ਹਜ਼ਾਰਾਂ ਵਿੱਚ ਲੱਗੇ ਆ ਨੇ, ਅੱਛਾ ਕੋਈ ਜਿਹੜਾ ਨਾ ਜੀ ਉਹ ਪ੍ਰਾਈਸ ਨਹੀਂ ਨੇ, 4-4 ਪਾਉਣ ਦਾ, 4-4 ਪਾਉਣ ਜੀ, ਇਹ ਲੈ ਜੀ, 4-4 ਪਾਉਣ, ਬੱਚਿਆਂ ਦੇ ਉਬਾਇਆ ਆਏ, ਹਾਏ ਹਾਏ, ਇਸ ਪਾਸੇ ਵੀ ਦਿਖਾਉਂਦੇ ਆ ਜਨਾਬ ਤੁਹਾਨੂੰ, ਮਾਸ਼ਾਅੱਲਾ ਜੀ, ਇਧਰ ਕੀ ਜੀ, ਦਿਖਾਓ ਜੀ, ਮਾਸ਼ਾਅੱਲਾ ਜੀ, 3 ਪੀਸ ਸੂਟ ਮੈਕਸੀਆਂ ਦੇ ਵਿੱਚ, ਅੱਛਾ ਜੀ, ਦੋ ਮੈਕਸੀਆਂ 15 ਪਾਉਣਾਂ ਦੀਆਂ, ਦੋ 15 ਪਾਉਣ ਦੀਆਂ, ਹਾਂ ਜੀ, 6 ਕਲਰ, 6 ਕਲਰ ਜਨਾਬ ਮਾਸ਼ਾਅੱਲਾ ਅਵੇਲੇਬਲ ਨੇ, ਤੇ ਦੋ ਮੈਕਸੀਆਂ 15 ਪਾਉਣ ਦੀਆਂ, 15 ਪਾਉਣਾਂ ਦੀਆਂ, ਪੱਕੀ ਗੱਲ ਹੈ ਜੀ, ਪੱਕੇ, ਲਓ ਜੀ, ਦੋ ਮੈਕਸੀਆਂ 15 ਪਾਉਣ ਦੀਆਂ ਜਨਾਬ, ਬਾਇਆ ਤੇ ਤੁਹਾਨੂੰ ਮੈਂ ਉਸਲੇ ਵੀ ਕਿਹਾ ਸੀ ਦੁਬਈ ਤੋਂ ਬਾਇਆ ਜਿਹੜਾ ਜੀ 8 ਪਾਉਣ ਦੀ ਪ੍ਰਾਈਸ ਕੱਢੀ ਸੀ ਨਾ, ਜੀ ਜੀ ਜੀ, ਕੰਟੀਨਿਊ 8 ਪਾਉਣ, 8 ਪਾਉਣ ਕੰਟੀਨਿਊ ਜੀ, ਅਸੇ ਕੰਟੀਨਿਊ, ਜ਼ਬਰਦਸਤ ਜ਼ਬਰਦਸਤ, ਇਹ ਹੋਈਆਂ ਨਾ ਗੱਲਾਂ ਜਨਾਬ, ਬਿਲਕੁਲ ਜੀ, ਇਹ ਹੁਣ ਮੈਂ ਜਿਹੜੇ ਦੋ 18 ਦੇ ਜੁਬੇ ਤੁਹਾਨੂੰ ਦੱਸਦਾ ਪਿਆ ਨਾ, ਜੀ ਜੀ, ਡਿਜ਼ਾਈਨ ਹੁਣ ਦੇਖੀ ਜਾਓ, ਬਿਲਕੁਲ ਜੀ ਬਿਲਕੁਲ, ਠੀਕ ਹੈ, ਚਲੋ ਜੀ ਚਲੋ, ਚਲੋ ਜੀ ਚਲੋ ਚਲੋ ਜੀ ਚਲੋ, ਇਹ ਦੇਖੋ ਸ਼ਾਰਟ ਨੇ, ਹਾਂ ਜਗ੍ਹਾ ਫੁੱਲ ਹੋਈ ਹੈ ਨਾ ਜੀ, ਹੁਣ ਜਗ੍ਹਾ ਹੀ ਨਹੀਂ, ਇਹ ਲਓ ਜੀ, ਮਾਸ਼ਾਅੱਲਾ, ਦੋ 18 ਪਾਉਣ ਦੇ, ਦੋ 18 ਦੇ, ਇਹ ਜੁਬਾ ਤੱਕ ਨੂੰ ਦੋ 18 ਪਾਉਣ ਦੇ ਜਨਾਬ, ਗੋਲਡਨ ਹੈ, ਬਿਲਕੁਲ ਜੀ, ਗੋਲਡਨ, ਇਹ ਲਓ ਜੀ, ਇਹ ਲਓ, ਗੋਲਡਨ ਮਾਰਕ, ਬਿਲਕੁਲ ਜੀ, ਇਹ ਲਓ ਜੀ, ਇਹ ਲਓ, ਮਾਸ਼ਾਅੱਲਾ ਜੀ, ਕਰੇ ਲਾ ਜੀ, 12 ਕਲਰ ਅਵੇਲੇਬਲ ਨੇ ਜੀ, 12 ਲਾ ਜੀ, 12 ਕਲਰ ਅਵੇਲੇਬਲ ਨੇ ਜਨਾਬ,
ਬਿਲਕੁਲ ਤੁਸੀਂ ਆ ਜਾਓ 2018 ਦੇ ਜੀ 2018 ਚਲੋ ਜੀ ਜਬਰਦਸਤ ਹੋ ਗਿਆ ਜੀ ਜਬਰਦਸਤ ਹੋ ਗਿਆ ਜੀ ਜਬਰਦਸਤ ਹੋ ਗਿਆ ਜੀ ਅੱਛਾ ਜੀ ਮਾਸ਼ਾਅੱਲਾ ਜੀ ਹੁਣ ਕੀ ਆ ਰਿਹਾ ਜੀ ਹੁਣ ਆ ਗਏ ਨੇ ਜੀ ਪਲੇਨ ਜੁਬੇ ਅੱਛਾ ਪਲੇਨ ਜੁਬੇ ਯੂਕੇ ਦੇ ਮੇਡ ਨੇ ਅੱਛਾ ਯੂਕੇ ਮੇਡ ਹੈ ਠੀਕ ਹੈ ਜੀ ਬਾਜ਼ੂ ਦੇਖ ਲਓ ਅੱਛਾ 6 ਪੌਂਡ ਤੁਸੀਂ ਪਿਛਲੀ ਦਫਾ ਮੇਰੇ ਕੋਲੋਂ ਕਰਾ ਕੇ ਗਏ ਸੀ 10 ਤੋਂ ਜੀ 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 ਠੀਕ ਹੈ ਜੀ ਅੱਜ 6 ਪੌਂਡ ਪ੍ਰਾਈਸ ਹੈ ਲਿਖੀ ਬਿਲਕੁਲ ਬਿਲਕੁਲ ਅੱਜ ਮੈਂ 6 ਵੀ ਨਹੀਂ ਅੱਛਾ ਤੋਂ ਮੈਂ ਇਸ ਨੂੰ 5 ਪੌਂਡ ਕਰਾਂ 5 5 ਪੌਂਡ ਜੀ ਲਓ ਜੀ 5 5 ਪੌਂਡ ਜੀ ਬਾਏ ਇਹ ਲਓ ਜੀ 5 5 ਪੌਂਡ ਦਾ ਬਾਇਆ ਜੀ ਲਓ ਜੀ ਸਾਰੇ ਪਲੇਨ ਵਾਲੇ 5 5 ਪੌਂਡ 5 5 ਪੌਂਡ ਜੀ ਮੈਨਸ ਦਾ ਸੂਟ ਸੀ ਨਾ ਬੰਦੇ ਕਹਿੰਦੇ ਸਨ ਕਿ ਮੈਨਸ ਦਾ ਸੂਟ ਅੱਛਾ ਸਾਰਿਆਂ ਨੇ ਤੁਹਾਡੀ ਤੁਸੀਂ ਤੇ ਫਿਰਦੇ ਹੋ ਸਾਰੀਆਂ ਮਾਰਕੀਟਾਂ ਵਿੱਚ ਜ਼ਾਹਿਰ ਹੈ ਜੀ ਹਰ ਜਗ੍ਹਾ ਤੇ ਮੈਨਸ ਦਾ ਸੂਟ ਵਾਸ਼ਨ ਵੇਅਰ ਮੈਂ ਲਾਉਣ ਸਟਣ ਲਗਾ ਨੇ ਅੱਛਾ ਜੀ ਸੱਟ ਦੇਵਾਂ ਉਹ ਦੱਸੋ ਜੀ ਦੱਸੋ ਦੱਸੋ ਦੇਰ ਨਾ ਕਰੋ ਜੀ ਨੇ ਕੰਮ ਦੇਰ ਨਾ ਕਰੋ ਉਹ ਬਾਈ ਜੀ ਦੂਰੂ ਆਇਆ ਟਾਈਮ ਨਹੀਂ ਹੈ 6-6 ਪੌਂਡ ਜੀ ਇਹ ਲਓ ਜੀ 6-6 ਪੌਂਡ ਮੈਂ ਕਲਰ ਹੁਣ ਦੱਸਣ ਲਗਾ ਨੇ ਇਹ ਲਓ ਜੀ ਕਲਰ 6-6 ਪੌਂਡ ਜੀ 6-6 ਪੌਂਡ ਸਲਵਾਰ ਕਮੀਜ਼ 6-6 ਪੌਂਡ 6 ਪੌਂਡ ਦਾ ਲਓ ਜੀ ਠੀਕ ਹੈ ਜੀ ਇਹ ਲਓ ਜੀ ਇਹ ਲਓ ਜੀ ਇਹ ਲਓ 6 ਪੌਂਡ ਦੀ ਸਲਵਾਰ ਕਮੀਜ਼ ਬਿਲਕੁਲ ਕਿੰਨੇ ਕਲਰ ਅਵੇਲੇਬਲ ਨੇ 5-6 ਕਲਰ ਮਾਸ਼ਾਅੱਲਾ 5-6 ਕਲਰ ਸ਼ਾਇਦ ਅਵੇਲੇਬਲ ਜਨਾਬ ਬਿਲਕੁਲ ਜੀ ਜ਼ਬਰਦਸਤ ਜੀ ਅੱਛਾ ਜੀ ਜਾਂ ਨਮਾਜ਼ ਦੇ ਆ ਗਏ ਅਸੀਂ ਅੱਛਾ ਜੀ ਲਓ ਜੀ ਜਾਂ ਨਮਾਜ਼ ਦੇ ਵੀ ਆ ਗਏ ਨਾ ਕੀ ਦੀ ਜਾਂ ਨਮਾਜ਼ ਅੱਛਾ ਠੀਕ ਹੈ ਜੀ ਕੋਈ ਬੰਦਾ ਤੁਹਾਨੂੰ ਇਸ ਪ੍ਰਾਈਸ ਤੇ ਨਹੀਂ ਦੇਣ ਲਗਾ 4-5 ਕਲਰ ਅੱਛਾ 4 ਪੌਂਡ ਦੀ ਜਾਂ ਨਮਾਜ਼ ਅੱਛਾ 4 ਪੌਂਡ ਜੀ ਲਓ ਜੀ 4 ਜੀ ਨਾ 6 ਨਾ ਕੋਈ ਪਿਛਲੀ ਵਾਰੀ 6 ਸੀ ਸਹੀ ਹੈ 4 ਪੌਂਡ 4 ਪੌਂਡ ਜੀ ਲਓ ਜੀ 4-4 ਪੌਂਡ ਜੀ ਲਓ ਜੀ 4-4 ਪੌਂਡ ਮਿਲ ਗਿਆ ਸੀ ਨੇ ਤੇ ਇਸ ਤਰ੍ਹਾਂ ਲੂਜ਼ ਵੀ ਚੁੱਕੀ ਜਾਵੇ ਹਜ਼ਾਰਾਂ ਵਿੱਚ ਜਾਂ ਨਮਾਜ਼ ਪਈ ਬਿਲਕੁਲ ਜੀ ਬਿਲਕੁਲ ਜ਼ਬਰਦਸਤ ਹੋ ਗਿਆ ਜੀ ਚਲੋ ਜੀ ਅੱਛਾ ਜੀ ਅੱਛਾ ਵੇਸਕੋਟ ਤੇ ਆਸੋ ਜੀ ਇਹ ਲਓ ਜੀ ਵੇਸਕੋਟ ਵੀ ਆ ਗਈ ਨਾ ਦੱਸੋ ਜੀ ਮੈਂ ਹੁਣ ਕੀ ਕਵਾਂ ਦੱਸੋ ਬੀਬ ਸਾਹਿਬ 25 ਪੌਂਡ 30 ਪੌਂਡ ਦੀ 35 ਪੌਂਡ ਦੀ ਵੇਸਕੋਟ ਕਰਦੇ ਪੈਣ ਠੀਕ ਹੈ ਠੀਕ ਹੈ ਜੀ 12 ਪੌਂਡ 12-12 ਪੌਂਡ ਜੀ ਲਓ ਜੀ 12-12 ਪੌਂਡ 12 ਪੌਂਡ ਜ਼ਬਰਦਸਤ ਤਰ੍ਹਾਂ ਦਾ ਡਿਜ਼ਾਈਨ ਠੀਕ ਹੈ ਜੀ ਮਾਸ਼ਾਅੱਲਾ ਜੀ ਲਓ ਜੀ ਪ੍ਰਿੰਸ ਕੋਟ ਇਹ ਕੀ ਹੈ ਜੀ ਇਹ ਪ੍ਰਿੰਸ ਕੋਟ ਅੱਛਾ ਪ੍ਰਿੰਸ ਕੋਟ ਪ੍ਰਿੰਸ ਬਣਾਣਾ ਹੋਵੇ ਤੇ ਕੋਟ ਪਾਉਵੇ ਹੋਵੇ ਤੇ ਸਾਡੇ ਕੋਲ ਆਣੋ ਇਹ ਲਓ ਜੀ ਪ੍ਰਿੰਸ ਬੰਦਿਆਂ ਨੂੰ ਸਾਡੇ ਕੋਲ ਲਿਆਓ ਇਹ ਲਓ 15 ਪੌਂਡ ਦਾ ਕੋਟ ਕੋਈ ਦੇ ਜਾਵੇ ਯੂਕੇ ਪੂਰੇ ਦੇ ਵਿੱਚ ਲਓ ਜੀ 15 ਪੌਂਡ ਜੀ ਜਸਟ 15 ਪੌਂਡ ਜੀ ਪ੍ਰਿੰਸ ਕੋਟ ਜਸਟ 15 ਪੌਂਡ ਜੀ 15 ਪੌਂਡ ਲਓ ਜੀ 15 ਪੌਂਡ ਦੀ ਵੈਰਾਈਟੀ ਨਾਲ ਦੁਪੱਟਾ ਸਾਡਾ ਤੇ ਆਲਰੇਡੀ ਤੁਸੀਂ ਪੌਂਡ ਦਾ ਕੀਤੇ ਆ ਬਿਲਕੁਲ ਹੁਣ ਤੱਕ ਪੌਂਡ ਤੇ ਖਲਤੇ ਪੌਂਡ ਪੌਂਡ ਦਾ ਦੁਪੱਟਾ ਇਹਨਾਂ ਠੀਕ ਹੈ ਜੀ ਸਹੀ ਹੈ ਜੀ ਕਲਰ ਬਲੈਕ ਇਹ ਲਓ ਜੀ ਮਾਸ਼ਾਅੱਲਾ ਮਾਸ਼ਾਅੱਲਾ ਕਲਰ ਬੜੇ ਜੀ ਕਲਰ ਬੜੇ ਜਨਾਬ 7 ਕਲਰ ਬੜੇ ਜੀ ਇਹ ਜਾਲੀ ਵਾਲਾ ਦੁਪੱਟਾ ਪੌਂਡ 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 ਦਾ ਜੀ ਠੀਕ ਹੋ ਗਿਆ ਜੀ ਅੱਛਾ ਜੀ ਮਾਸ਼ਾਅੱਲਾ ਜੀ ਅੱਗੇ ਜੀ ਇਹ ਸੂਟ ਉਹ ਤੁਹਾਨੂੰ ਦੱਸਿਆ ਨਾ 6 ਪੌਂਡ ਦਾ ਜੀ ਜੀ ਵਾਸ਼ਨ ਵੇਅਰ ਦਾ ਅੱਛਾ ਠੀਕ ਹੈ ਜੀ ਅੱਛਾ ਮੈਂ ਸੂਟ ਖੋਲਣ ਲਗਾ ਨੇ ਅੱਛਾ ਖੋਲੋ ਨਾ ਜਰਾ ਖੋਲਾਂ ਖੋਲੋ ਜਰਾ ਲੱਗ ਪਤਾ ਜਾਏਗਾ ਕੋਈ ਟਰਾਈ ਕਰਦੇ ਆ ਹਾਂ ਦੀਦਾਰ ਕਰਾਓ ਨਾ ਜਰਾ ਦੀਦਾਰ ਕਰਵਾਓ ਮਾੜਾ ਦਿਖੇਗਾ ਤਾਂ ਵਿਕੇਗਾ ਨਾ ਕਾਟਨ ਦਾ ਸੂਟ ਅੱਛਾ ਕਾਟਨ ਨੇ 5 ਪੌਂਡ ਦਾ ਸੂਟ ਇਹ ਲਓ ਜੀ 5 ਪੌਂਡ ਦਾ 6 ਵਾਲਾ ਤੇ 5 ਵਾਲਾ ਅੱਛਾ ਜੀ ਲਓ ਜੀ ਇਹ ਲਓ ਜੀ ਨਾਲ ਸਲਵਾਰ ਨਾਲ ਕੱਪੜਾ ਲਗਾਉਣੇ ਕਲਰ ਲਓ ਜੀ ਇਹ ਕਲਰ ਜੀ ਇਹ ਕਲਰ ਜੀ ਉਹ ਕਲਰ ਬੜੇ ਜੀ ਇਹ ਦੇਖੋ ਜੀ ਇਹ ਦੇਖੋ ਇਹ ਦੇਖੋ 5 5 ਹਾਏ 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 ਉਹ 5 5 ਪੌਂਡ ਜੀ 5 ਪੌਂਡ ਪੱਕੀ ਗੱਲ ਹੈ 5 5 ਪੌਂਡ ਇਹ ਲਓ ਜੀ ਹੋ ਗਿਆ ਜੀ ਹੋ ਗਿਆ ਇਹ ਹੋ ਗਿਆ ਜੀ 5 5 ਪੌਂਡ ਸਲਵਾਰ ਕਮੀਜ਼ ਜਸਟ 5 ਪੌਂਡ ਜੀ ਮੈਨਸ ਦਾ 5 ਪੌਂਡ ਬਿਲਕੁਲ ਜੀ ਜ਼ਬਰਦਸਤ ਹੋ ਗਿਆ ਜੀ ਮੈਂ ਹੁਣ ਮੈਨੂੰ ਫਿਰ ਤੁਸੀਂ ਲੈ ਆਂਦਾ ਨਾ ਉਸ ਜਗ੍ਹਾ ਉਹ ਸਰ ਜੀ ਦੂਰੋਂ ਲੋਕ ਆਉਂਦੇ ਨੇ ਦੂਰੋਂ ਨਾ ਹਾਂ ਤੇ ਲੈ ਆਂਦਾ ਨਾ ਉਸ ਜਗ੍ਹਾ ਤੇ ਟਿਕਾਣੇ ਤੇ ਆ ਗਏ ਆ ਗਏ ਮੈਂ ਸੁੱਟਣੇ ਤੇ ਫਿਰ ਆ ਗਿਆ ਚਲੋ 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 ਸੁੱਟਾਂਗਾ ਅੱਗੇ ਚਲੋ ਜੀ ਅੱਗੇ ਫਿਰ ਹੁਣ ਅੱਛਾ ਜੀ ਆ ਲਓ ਜੀ ਇਹਦੇ ਕਾਂਟੇ ਵੀ ਭਾਈ ਹਰਾਂ ਕੋਲ ਨੇ ਜਨਾਬ ਇਹ ਬਿਲਕੁਲ ਜੀ
ਕਿੱਡਾ ਸੋਹਣਾ ਕਾਂਟਾ ਜੀ, ਇਹ ਮਾਸ਼ਾਅੱਲਾ 1.5 ਪਾਉਂਡ ਦਾ, 1.5 ਪਾਉਂਡ ਦਾ ਸਟਿਲ ਲੱਗੇ ਆ ਰਹੇ ਜੀ, ਸਟਿਲ 1.5 ਪਾਉਂਡ ਦਾ ਜੀ, ਕਹਿੰਦੇ ਜੀ ਸਟਿਲ 1.5 ਪਾਉਂਡ ਦਾ ਜੀ, ਮਾਸ਼ਾਅੱਲਾ ਕੋਈ ਵੀ ਕਾਂਟਾ ਤੁਸੀਂ ਲੈ ਲਓ ਅਤੇ ਇਹ ਮਿਲਣਾ ਤੁਹਾਨੂੰ 1.5 ਪਾਉਂਡ ਦਾ ਜੀ, ਠੀਕ ਹੈ ਜੀ, ਇਹ ਓਏ ਹੋਏ ਇਹ ਕੋਈ ਗੱਲ ਨਹੀਂ ਗਿਰ ਗਿਆ, ਕੋਈ ਗੱਲ ਨਹੀਂ, ਅਸੀਂ ਚੁੱਕ ਲੈਂਦੇ ਜਨਾਬ, ਇਹ 1.5 ਪਾਉਂਡ ਦਾ ਜੀ, ਬਿਲਕੁਲ ਜੀ, 150 ਜਨਾਬ, ਉਮੀਦ ਕਰਤਾ ਹੂੰ ਆਜ ਕੀ ਵੀਡੀਓ ਆਪਕੋ ਪਸੰਦ ਆਈ ਹੋਗੀ, ਵੀਡੀਓ ਪਸੰਦ ਆਈ ਹੋ ਤੋ ਲਾਈਕ ਕੀਜੀਏਗਾ, ਸ਼ੇਅਰ ਕੀਜੀਏਗਾ ਮੇਰੇ ਚੈਨਲ ਕੋ, ਇਨਸ਼ਾਅੱਲਾ ਜਲਦ ਮਿਲੇਂਗੇ ਇੱਕ ਨਈ ਵੀਡੀਓ ਕੇ ਸਾਥ, ਤਬ ਤੱਕ ਆਪਣਾ ਔਰ ਆਪਣੀ ਫੈਮਿਲੀ ਕਾ ਖਿਆਲ ਰੱਖੀਏਗਾ, ਇਨਹੀ ਦੁਆਓਂ ਕੇ ਸਾਥ ਆਪਸੇ ਇਜਾਜ਼ਤ ਚਾਹਤਾ ਹੂੰ, ਮੇਰੀ ਤਰਫ ਸੇ ਖੁਦਾ ਹਾਫਿਜ਼।